आज मैं बहुत खुश हूँ। आखिर 15 साल बाद मेरी बहन को औलाद का सुख जो मिला है, ना जाने कहाँ कहाँ भटक गए। आखिर खुशी मिली तो अंश IVF इनफर्टिलिटी सेंटर मोगा में। अगर आप भी औलाद का सुख चाहते हैं और बहुत जगह भटक चुके हैं तो एक बार ज़रूर आएं अंश IVF इनफर्टिलिटी सेंटर रेलवे रोड मोगा। कोरोना वायरस को देखते हुए मोगा के कई जगहों पर इस बार फूलों की होली खेली गई और ब्रिज को याद किया गया। वहीं मंदिरों में भी फूलों की होली खेली गई, जहां ब्रिज का नजारा देखने को मिला। वहीं जनता ने कहा कि एक और जहां कोरोना वायरस का डर बना हुआ है, वहीं फूलों की होली खेलकर जो खुशी मिली है, वहीं पानी की बचत भी बहुत हो रही है और इस महंगाई में कीमती कपड़ों को भी खराब होने से बचाया जा रहा है। ब्यूरो रिपोर्ट, VPT न्यूज चैनल। ਹੋਲੀ ਕਰੋਨਾ ਵਾਇਰਸ ਕਰਕੇ ਕਲਰ ਨਾਲ ਅਸੀਂ ਨਹੀਂ ਮਨਾ ਰਹੇ, ਅਸੀਂ ਫੁੱਲਾਂ ਨਾਲ ਮਨਾ ਰਹੇ ਹਾਂ। ਫੁੱਲਾਂ ਦੀ ਹੋਲੀ ਜਿਹੜੀ ਹੈ ਸਾਨੂੰ ਉਹ ਠੀਕ ਲੱਗ ਰਹੀ ਹੈ, ਉਹਦੇ ਨਾਲ ਪਾਣੀ ਦੀ ਵੀ ਬੱਚਤ ਹੋ ਜਾਂਦੀ ਹੈ ਔਰ ਫੁੱਲਾਂ ਦੇ ਨਾਲ ਵਧੀਆ ਖੇਡਣ ਨੂੰ ਚੰਗਾ ਲੱਗਦਾ, ਆਪਣੇ ਆਪ ਨੂੰ ਵੀ ਵਧੀਆ ਲੱਗਦਾ ਅਤੇ ਹੈਪੀ ਹੋਲੀ ਸਭ। ਜਿਹੜੇ ਕਲਰ ਹੈਗੇ ਆ ਜਿਹੜੇ ਉਹ ਚਾਈਨਾ ਜਿਹੜੇ ਕਲਰ ਹੈਗੇ, ਕਾਫੀ ਉਹ ਹਾਰਮਫੁਲ ਹੈਗੇ ਆ, ਉਹਦੇ ਵਿੱਚ ਕਾਫੀ ਉਹਦੇ 'ਚ ਜਿਹੜੇ ਕਲਰਸ ਦੇ ਵਿੱਚ ਇਨਫੈਕਸ਼ਨ ਅਲਰਜੀ ਹੋ ਜਾਂਦੀ ਹੈ ਫੇਸ 'ਤੇ। ਇਹਦੇ ਨਾਲ ਜਿਹੜੇ ਅੱਜ ਫੁੱਲਾਂ ਦੀ ਹੋਲੀ ਮਨਾਈ ਗਈ ਹੈ, ਇਹ ਫੁੱਲਾਂ ਦੀ ਜਿਹੜੀ ਹੋਲੀ ਮਨਾਉਣ ਕਰਕੇ ਸਾਰੇ ਇੰਡੀਆ ਦੇਸ਼ ਭਰ ਪੰਜਾਬ ਭਰ ਨੂੰ ਇੱਕ ਸੰਦੇਸ਼ ਦਿੱਤਾ ਜਾਂਦਾ ਵੀ ਫੁੱਲਾਂ ਦੀ ਹੋਲੀ ਮਨਾ ਕੇ ਵਧੀਆ ਤੁਸੀਂ ਆਪਦੇ ਸਕਿਨ ਦੇ ਬਚਾ ਲਈ ਇਹ ਫੁੱਲਾਂ ਦੀ ਹੋਲੀ ਸਹੀ ਹੈਗੀ ਹੈ। ਅਤੇ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਵੀ ਜਿਹੜੇ ਜਿਹੜੇ ਕੋਰੋਨਾ ਵਾਇਰਸ ਦੇ ਜਿਹੜੇ ਸੰਕੇਤ ਹੈਗੇ ਆ, ਉਹਨਾਂ ਨੂੰ ਦੇਖਦੇ ਹੋਏ ਜਿਹੜੇ ਚਾਈਨਾ ਦੇ ਜਿਹੜੇ ਰੰਗ ਹੈ ਕਲਰ ਨੂੰ ਉਹਨਾਂ ਨੂੰ ਬੰਦ ਕੀਤੇ ਗਏ ਆ, ਜਿਹੜੇ ਇੰਡੀਅਨ ਦੇ ਜਿਹੜੇ ਓਰਿਜਿਨਲ ਰੰਗ ਹੈ ਉਹਨਾਂ ਨਾਲ ਹੋਲੀ ਖੇਡੀ ਜਾਵੇ ਔਰ ਫੁੱਲਾਂ ਨਾਲ ਜਿਹੜੀ ਹੋਲੀ ਮਨਾਈ ਜਾਵੇ। ਹੈਪੀ ਹੋਲੀ ਸਾਰੇ ਇੰਡੀਆ ਭਰ ਨੂੰ। ਇਹਦੇ ਵਿੱਚ ਜਿਹੜੇ ਚਾਈਨਾ ਦੇ ਕਲਰ ਆ ਰਹੇ ਆ ਉਹ ਸਹੀ ਨਹੀਂ ਆ ਰਹੇ ਆ, ਉਹ ਅਲਰਜੀ ਦੇ ਕਾਰਨ, ਇਸ ਕਰਕੇ ਅਸੀਂ ਇੰਡੀਆ ਦੇ ਹੀ ਕਲਰ ਥੋੜੇ ਮੋਟੇ ਯੂਜ ਕਰ ਰਹੇ ਹਾਂ ਅਤੇ ਜ਼ਿਆਦਾ ਫੁੱਲਾਂ ਨਾਲ ਹੋਲੀ ਮਨਾ ਰਹੇ ਹਾਂ ਅਤੇ ਅਸੀਂ ਸਾਰੇ ਇੰਡੀਆ ਭਰ ਨੂੰ ਹੈਪੀ ਹੋਲੀ ਬੋਲਦੇ ਹਾਂ। ਅੱਜ ਹੋਲੀ ਹੈ, ਕਿਆ ਕਹਿਣਾ ਚਾਹੋਗੇ? ਅੱਜ ਫੁੱਲੋਂ ਕੀ ਹੋਲੀ ਮਨਾਈ ਜਾ ਰਹੀ ਹੈ ਆਪਕੀ ਤਰਫ ਸੇ? ਇਸ ਬਾਰ ਕੋਈ ਡਿਫਰੈਂਟ ਵੇ ਸੇ ਹੋਲੀ ਮਨਾ ਰਹੇ ਹਾਂ, ਅੱਛਾ ਲੱਗ ਰਿਹਾ ਅੱਗੇ ਸੇ, ਕਿਉਂਕਿ ਕਲਰਸ ਮੇ ਕਾਫੀ ਕੈਮੀਕਲ ਹੈ ਔਰ ਅਗਰ ਹਮ ਕਲਰਸ ਵੀ ਯੂਜ਼ ਕਰ ਰਹੇ ਹਾਂ ਵੋ ਵੀ ਇੰਡੀਆ ਮੇਡ ਕਰ ਰਹੇ ਹੈ ਤੋ ਕਰੋਨਾ ਵਾਇਰਸ ਕਾਫੀ ਜ਼ਿਆਦਾ ਹੋ ਰਿਹਾ ਇਸ ਲਈ ਡਰ ਵੀ ਲੱਗ ਰਿਹਾ ਕਲਰਸ ਸੇ ਹੋਲੀ ਖੇਲਨੇ ਕੇ ਲੀਏ, ਇਸ ਲਈ ਮੈਂ ਹੈਪੀ ਹੋਲੀ ਕਹੂੰਗੀ ਔਰ ਕਹੂੰਗੀ ਕਿ ਕਲਰਸ ਕੋ ਵਾਈਡ ਹੀ ਕਰੇ ਔਰ ਫੁੱਲੋਂ ਸੇ ਹੋਲੀ ਖੇਲੇ।